ਬਠਿੰਡਾ ਦੇ ਪਰਸਰਾਮ ਨਗਰ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਅਦ ਸਕੂਲ ਵਿੱਚ ਪੜ੍ਹਨ ਬੱਚਿਆਂ ਦੇ ਮਾਤਾ ਪਿਤਾ ਨੇ ਧਰਨਾ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਪੜ੍ਹੋ ਪੰਜਾਬ ਦੇ ਤਹਿਤ ਗਰੀਬ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਰਾਜਵੀਰ ਸਿੰਘ ਦੀ ਬਦਲੀ ਕਰਨ ਦੇ ਰੋਸ ਵਿੱਚ ਸਾਰੇ ਇਲਾਕੇ ਦੇ ਲੋਕਾਂ ਨੇ ਸਕੂਲ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਅਧਿਆਪਕ ਨੂੰ ਸਕੂਲ ਵਿੱਚੋਂ ਨਾ ਬਦਲਿਆ ਜਾਵੇ। ਧਰਨਾ ਇਸ ਲਾਇਆ ਅਸੀਂ ਕਿਉਂਕਿ ਸਾਡੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹੈ, ਸਾਰੇ ਵਧੀਆ ਬੱਚੇ ਪੜ੍ਹਦੇ, ਸਾਰੇ ਵਧੀਆ ਟੀਚਰ ਨੇ। ਰਾਜਵੀਰ ਸਰ ਦੀ ਬਦਲੀ ਕੀਤੀ ਜਾਂਦੀ ਹੈ, ਕਿਉਂ ਕੀਤੀ ਜਾਂਦੀ? ਕਿਉਂਕਿ ਉਹ ਵਧੀਆ ਪੜ੍ਹਾਉਂਦੇ, ਇਸ ਕਰਕੇ ਬਦਲੀ ਕੀਤੀ ਜਾਂਦੀ ਹੈ। ਸਰਕਾਰ ਸੁੱਤੀ ਹੈ ਅਤੇ ਜਾਗੇ, ਆਪਾਂ ਇਹ ਕਹਿੰਦੇ ਹਾਂ ਕਿ ਜਾਗੇ, ਉਹ ਸਾਰਿਆਂ ਨੂੰ ਸਾਰੀ ਸਹੂਲਤ ਮਿਲੀ ਹੋਈ ਹੈ, ਬਦਲੀ ਕਰਤੀ ਹੈ ਅਤੇ ਉਹ ਰੋਕੀ ਜਾਵੇ ਕਾਹਦੇ ਵਾਸਤੇ? ਕਿਉਂਕਿ ਉਹ ਵਧੀਆ ਪੜ੍ਹਾਉਂਦੇ ਨੇ, ਸਾਡੇ ਬੱਚੇ ਲਾਇਕ ਬਣੇ ਆ ਕੁਛ ਇੱਥੇ ਆ ਕੇ, ਤਾਂ ਉਹਨਾਂ ਦੀ ਹੀ ਬਦਲੀ। ਕਿਤੇ ਕੀ ਇਹ ਬਰਦਾਸ਼ਤ ਨਹੀਂ ਹੁੰਦਾ ਸਰਕਾਰ ਤੋਂ ਕਿ ਸਾਡੇ ਬੱਚੇ ਵਧੀਆ ਪੜ੍ਹ ਰਹੇ ਗਰੀਬ ਦੇ? ਮੰਗ ਹੈ ਤੁਹਾਡੀ? ਹੁਣ ਸਾਡੀ ਮੰਗ ਹੈ ਕਿ ਜਿਹੜੇ ਟੀਚਰ ਦੀ ਬਦਲੀ ਕੀਤੀ ਜਾਂਦੀ ਉਹਦੀ ਨਾ ਕੀਤੀ ਜਾਵੇ।